ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ 6ਵੀਂ ਕਲਾਸ ਦੀ ਅਗਲੀ ਪ੍ਰੈਕਟਿਸ ਸ਼ੀਟ ਕਰਨ ਜਾ ਰਹੇ ਹਾਂ ਪਾਠ ਨੰਬਰ 16 ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ ਹਾਂਜੀ ਬੱਚੇ ਦੇਖੋ ਪਹਿਲਾ ਪ੍ਰਸ਼ਨ ਗੁਰਮੀਤ ਆਪਣੇ ਪਿਤਾ ਨਾਲ ਸਵੇਰ ਦੀ ਸੈਰ ਤੇ ਜਾ ਰਿਹਾ ਸੀ ਰਸਤੇ ਵਿੱਚ ਉਸਨੇ ਇੱਕ ਵੱਡਾ ਨੀਵਾ ਇਲਾਕਾ ਦੇਖਿਆ ਜਿਸ ਉੱਪਰ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਸੀ ਉਸਦੇ ਪਿਤਾ ਨੇ ਦੱਸਿਆ ਕਿ ਇਸ ਵੱਡੇ ਇਲਾਕੇ ਦਾ ਵਿਸ਼ੇਸ਼ ਨਾਮ ਹੈ ਕੀ ਤੁਸੀਂ ਦੱਸ ਸਕਦੇ ਹੋ ਇਸ ਇਲਾਕੇ ਨੂੰ ਕੀ ਕਹਿੰਦੇ ਹਨ ਹਾਂਜੀ ਬੱਚੇ ਉਹ ਇਲਾਕਾ ਜਿੱਥੇ ਕੂੜੇ ਕਰਕਟ ਦੇ ਢੇਰ ਲੱਗੇ ਹੁੰਦੇ ਨੇ ਉਸ ਵੱਡੇ ਇਲਾਕੇ ਦਾ ਵਿਸ਼ੇਸ਼ ਨਾਮ ਹੈ ਔਰ ਵਿਸ਼ੇਸ਼ ਨਾਮ ਨੂੰ ਕੀ ਕਹਿੰਦੇ ਆਪਾਂ ਬੱਚੇ ਉਹ ਹੁੰਦਾਗਾ ਢੇਰ ਤੇ ਸਹੀ ਜਵਾਬ ਹੈ ਆਪਸ਼ਨ ਅੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਮਨਪ੍ਰੀਤ ਨੇ ਦੇਖਿਆ ਕਿ ਰਸਤੇ ਵਿੱਚ ਟੁੱਟੇ ਹੋਏ ਕੰਪਿਊਟਰ ਅਤੇ ਮੋਬਾਈਲ ਫੋਨ ਕੂੜੇ ਵਿੱਚ ਸੁੱਟੇ ਹੋਏ ਸਨ ਮਨਪ੍ਰੀਤ ਨੇ ਆਪਣੇ ਦੋਸਤ ਨੂੰ ਦੱਸਿਆ ਕੀ ਇਹ ਛੁੱਟੇ ਹੋਏ ਟੁੱਟੇ ਕੰਪਿਊਟਰ ਅਤੇ ਮੋਬਾਈਲ ਇੱਕ ਵਿਸ਼ੇਸ਼ ਕਿਸਮ ਦਾ ਕੂੜਾ ਹਨ ਕੀ ਤੁਸੀਂ ਦੱਸ ਸਕਦੇ ਹੋ ਇਸ ਕੂੜੇ ਦਾ ਨਾਮ ਕੀ ਹੈ ਹਾਂਜੀ ਬੱਚੇ ਟੁੱਟੇ ਹੋਏ ਕੰਪਿਊਟਰ ਅਤੇ ਮੋਬਾਈਲ ਇਹ ਜਿਹੜਾ ਕੂੜਾ ਹੈਗਾ ਇਹ ਕੂੜੇ ਦਾ ਕੀ ਨਾਮ ਹੈ ਬੱਚੇ ਇਹਨੂੰ ਅਸੀਂ ਕੀ ਕਹਿੰਦੇ ਹਾਂ ਈ ਕੂੜਾ ਤਾਂ ਸਹੀ ਜਵਾਬ ਹੈ ਆਪਸ਼ਨ ਊੜਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਮਨਦੀਪ ਆਪਣਾ ਡੇਂਗੂ ਟੈਸਟ ਕਰਵਾਉਣ ਲਈ ਪਿੰਡ ਦੀ ਲੈਬੋਰਟਰੀ ਵਿੱਚ ਗਈ ਉਸ ਨੇ ਉੱਥੇ ਇੱਕ ਕੂੜੇਦਾਨ ਦੇਖਿਆ ਜਿਸ ਵਿੱਚ ਪੱਟੀਆਂ ਅਤੇ ਦਵਾਈਆਂ ਸੁੱਟੇ ਹੋਏ ਸਨ ਇਸ ਕੂੜੇਦਾਨ ਵਿੱਚਲੇ ਕੂੜੇ ਨੂੰ ਕੀ ਕਹਿੰਦੇ ਹਨ ਹਾਂਜੀ ਬੱਚੇ ਉਹ ਕੂੜਾ ਜਿਸ ਦੇ ਵਿੱਚ ਪੱਟੀਆਂ ਅਤੇ ਦਵਾਈਆਂ ਵਗੈਰਾ ਸਿੱਟੀਆਂ ਜਾਂਦੀਆਂ ਨੇ ਜਾਂ ਆਪਾਂ ਕਹ ਲਈਏ ਜਾਂ ਜਿਹੜਾ ਹਸਪਤਾਲਾਂ ਦਾ ਜਿਹੜਾ ਕੂੜਾ ਕਰਕਟ ਹੁੰਦਾ ਹੈਗਾ ਔਸ ਕੂੜੇ ਕਰਕਟ ਨੂੰ ਕੀ ਕਹਿੰਦਾ ਬੱਚੇ ਉਹਨੂੰ ਕਹਿੰਦੇ ਆ ਅਸੀਂ ਮੈਡੀਕਲ ਕੂੜਾ ਤੇ ਇਹਦਾ ਸਹੀ ਜਵਾਬ ਹੈ ਆਪਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਰੋਹਿਤ ਨੇ ਦੇਖਿਆ ਕਿ ਸਕੂਲ ਵਿੱਚ ਸਾਇੰਸ ਅਧਿਆਪਕ ਵਿਅਰਥ ਸਮਗਰੀ ਦੀ ਮਦਦ ਨਾਲ ਖਾਦ ਬਣਾ ਰਹੇ ਸੀ ਇਸ ਖਾਦ ਦਾ ਕੀ ਨਾਮ ਹੈ ਰਸਾਇਣਿਕ ਖਾਦ ਕੰਪੋਸਟ ਖਾਦ ਅਜੈਵਿਕ ਖਾਦ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਬੱਚੇ ਵਿਅਰਥ ਸਮਗਰੀ ਦੀ ਮਦਦ ਨਾਲ ਜਿਹੜੀ ਖਾਦ ਬਣਾਈ ਜਾਂਦੀ ਹੈ ਉਸ ਖਾਦ ਨੂੰ ਕੀ ਕਹਿੰਦੇ ਅਸੀਂ ਕੰਪੋਸਟ ਖਾਦ ਤੇਰਾ ਸਹੀ ਜਵਾਬ ਹੈ ਆਪਸ਼ਨ ਅੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਸਕੂਲ ਵਿੱਚ ਸਾਇੰਸ ਅਧਿਆਪਕ ਨੇ ਵਿਦਿਆਰਥੀਆਂ ਦਾ ਗਰੁੱਪ ਬਣਾਇਆ ਜੋ ਗੰਡੋਿਆਂ ਦੀ ਮਦਦ ਨਾਲ ਖਾਦ ਤਿਆਰ ਕਰ ਰਹੇ ਸਨ ਇਸ ਖਾਦ ਦਾ ਕੀ ਨਾਮ ਹੈ ਤਾਂ ਬੱਚੇ ਜਿਹੜੀ ਖਾਦ ਗੰਡੋਿਆਂ ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਹੈ ਉਸ ਖਾਦ ਨੂੰ ਅਸੀਂ ਕੀ ਕਹਿੰਦੇ ਹਾਂ ਬੱਚੇ ਉਹ ਹੁੰਦੀ ਹੈ ਵਰਮੀ ਕੰਪੋਸਟ ਖਾਦ ਤਾਂ ਸਹੀ ਜਵਾਬ ਹੈ ਆਪਸ਼ਨ ਅੜਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਅੱਜ ਸੁਰਜੀਤ ਨੂੰ ਸਕੂਲ ਵਿੱਚ ਕੂੜੇ ਕਰਕੜ ਦੇ ਨਿਪਟਾਰੇ ਦੇ ਸੰਬੰਧ ਵਿੱਚ ਇੱਕ ਸਿਧਾਂਤ ਸਮਝਾਇਆ ਗਿਆ ਇਸ ਸਿਧਾਂਤ ਦਾ ਨਾਮ ਦੱਸੋ ਹਾਂਜੀ ਬੱਚੇ ਕੂੜੇ ਕਰਕੜ ਦੇ ਨਿਪਟਾਰੇ ਦੇ ਸੰਬੰਧ ਵਿੱਚ ਜਿਹੜਾ ਸਿਧਾਂਤ ਹੈਗਾ ਉਹ ਸਿਧਾਂਤ ਕੀ ਆ ਬੱਚੇ ਉਹ ਹੈਗਾ 4 R ਦਾ ਸਿਧਾਂਤ ਤਾਰਸ ਸਹੀ ਜਵਾਬ ਹੈ ਆਪਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ RAM ਨੇ ਖਾਲੀ ਬੋਤਲਾਂ ਅਤੇ ਡੱਬੀਆਂ ਦੀ ਵਰਤੋਂ ਕਰਕੇ ਫੁੱਲਦਾਨ ਅਤੇ ਗਮਲੇ ਬਣਾਏ ਕੀ ਤੁਸੀਂ ਦੱਸ ਸਕਦੇ ਹੋ ਕਿ RAM ਨੇ 4 R ਦੇ ਕਿਸ ਸਿਧਾਂਤ ਦੀ ਪਾਲਣਾ ਕੀਤੀ ਹਾਂਜੀ ਬੱਚੇ 4 R ਜਿਹੜਾ ਸਿਧਾਂਤ ਹੈ ਉਹ ਉਹ 4 R ਕਿਹੜੇ ਹੁੰਦੇ ਨੇ ਬੱਚੇ ਇਨਕਾਰ ਕਰਨਾ ਪੁਨਰ ਉਤਪਾਦਨ ਮੁੜ ਵਰਤੋਂ ਤੇ ਵਰਤੋਂ ਘਟਾਉਣਾ ਤਾਂ ਹੁਣ ਦੇਖੋ RAM ਨੇ ਖਾਲੀ ਬੋਤਲਾਂ ਤੇ ਡੱਬਿਆਂ ਦੀ ਵਰਤੋਂ ਕਰਕੇ ਫੁੱਲਦਾਨ ਅਤੇ ਗਮਲੇ ਬਣਾਏ ਤਾਂ RAM ਨੇ ਚਾਰ ਆਰ ਦੇ ਕਿਹਰੇ ਸਿਧਾਂਤ ਦੀ ਪਾਲਣਾ ਕੀਤੀ ਇਹਦਾ ਸਹੀ ਜਵਾਬ ਹੈ ਬੱਚੇ ਆਪਸ਼ਨ ED ਮੁੜ ਵਰਤੋਂ ਦੇ ਸਿਧਾਂਤ ਦੀ ਤਾਂ ਸਹੀ ਜਵਾਬ ਹੈ ਆਪਸ਼ਨ ED ਮੁੜ ਵਰਤੋਂ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਗੁਰਜੀਤ ਨੇ ਦੇਖਿਆ ਸਕੂਲ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਦੋ ਕੂੜੇਦਾਨ ਲੱਗੇ ਹੋਏ ਹਨ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਕੂੜੇਦਾਨਾਂ ਦਾ ਰੰਗ ਕਿਹੜਾ ਹੈ ਹਾਂਜੀ ਬੱਚੇ ਗਿੱਲਾ ਅਤੇ ਸੁੱਕਾ ਕੂੜਾ ਪਾਉਣ ਲਈ ਦੋ ਅਲੱਗ-ਅਲੱਗ ਰੰਗ ਦੇ ਕੂੜੇਦਾਨ ਹੁੰਦੇ ਨੇ ਤਾਂ ਉਹਨਾਂ ਕੂੜੇਦਾਨਾਂ ਦੇ ਰੰਗ ਕੀ ਹੁੰਦੇ ਨੇ ਉਹ ਹੁੰਦਾ ਬੱਚੇ ਜਿਹਦੇ ਤਾਂ ਉਹ ਹੁੰਦਾ ਬੱਚੇ ਹਰਾ ਅਤੇ ਨੀਲਾ ਦਾ ਸਹੀ ਜਵਾਬ ਹੈ অপਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਅਮਨ ਨੇ ਦੇਖਿਆ ਸਕੂਲ ਵਿੱਚ ਇੱਕ ਕੂੜੇਦਾਨ ਲੱਗਿਆ ਹੈ ਜਿਸ ਵਿੱਚ ਨਾ ਨਸ਼ਟ ਹੋਣ ਵਾਲਾ ਕੂੜਾ ਸੁੱਟਿਆ ਜਾਂਦਾ ਹੈ ਇਸ ਕੂੜੇਦਾਨ ਦਾ ਰੰਗ ਕਿਹੋ ਜਿਹਾ ਹੁੰਦਾ ਹੈ ਹਾਂਜੀ ਬੱਚੇ ਜਿਹੜੇ ਕੂੜੇਦਾਨ ਦੇ ਵਿੱਚ ਨਾ ਨਸ਼ਟ ਹੋਣ ਵਾਲਾ ਕੂੜਾ ਸਿੱਟਿਆ ਜਾਂਦਾ ਹੈਗਾ ਉਹ ਕੂੜੇਦਾਨ ਦਾ ਰੰਗ ਕਿਹੜਾ ਹੁੰਦਾ ਬੱਚੇ ਉਹ ਹੁੰਦਾਗਾ ਨੀਲਾ ਤਾਂ ਇੱਥੇ ਇਹਨਾਂ ਨੇ ਨੀਲਾ ਰੰਗ ਨਹੀਂ ਲਿਖਿਆ ਇੱਥੇ ਇਹਨਾਂ ਨੇ ਪੀੜਾ ਲਿਖਿਆ ਹੋਇਆ ਆਪਾਂ ਇੱਥੇ ਕੀ ਲਿਖਣਾਗਾ ਨੀਲਾ ਤਾਂ ਨਾ ਨਸ਼ਟ ਹੋਣ ਵਾਲਾ ਕੂੜਾ ਸੁੱਟਿਆ ਜਾਂਦਾ ਜਿਸ ਕੂੜੇਦਾਨ ਦੇ ਵਿੱਚ ਉਹ ਕੂੜੇਦਾਨ ਦਾ ਰੰਗ ਕੀ ਹੁੰਦਾ ਬੱਚੇ ਨੀਲਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਤੁਹਾਡੇ ਸਕੂਲ ਵਿੱਚ ਇੱਕ ਹਰੇ ਰੰਗ ਦਾ ਕੂੜੇਦਾਨ ਲੱਗਿਆ ਹੈ ਤੁਸੀਂ ਉਸ ਵਿੱਚ ਕਿਸ ਤਰ੍ਹਾਂ ਦਾ ਕੂੜਾ ਪਾਓਗੇ ਅਖਬਾਰ ਸਬਜ਼ੀਆਂ ਦੇ ਛਿਲਕੇ ਪਲਾਸਟਿਕ ਧਾਤ ਦੀਆਂ ਵਸਤੂਆਂ ਜਾਂ ਪੋਲੀਥੀਨ ਤਾਂ ਬੱਚੇ ਜਿਹੜਾ ਹਰੇ ਰੰਗ ਦਾ ਕੂੜਾਦਾਨ ਹੁੰਦਾ ਹੈਗਾ ਉਸ ਦੇ ਵਿੱਚ ਅਸੀਂ ਜੈਵ ਵਿਘਟਨਸ਼ੀਲ ਕੂੜਾ ਪਾਉਂਿਆ ਤਾਂ ਉਸ ਕੂੜੇਦਾਨ ਦੇ ਵਿੱਚ ਅਸੀਂ ਕੀ ਪਾ ਸਕਦੇ ਹਾਂ ਅਖਬਾਰ ਅਤੇ ਸਬਜ਼ੀਆਂ ਦੇ ਛਿਲਕੇ ਤਰਾ ਸਹੀ ਜਵਾਬ ਹੈ ਆਪਸ਼ਨ ਉੜਾ ਹਾਂਜੀ ਬੱਚੇ ਅਗਲਾ ਕੁਐਸਚਨ ਦੇਖੋ ਅਧਿਆਪਕ ਨੇ ਦੱਸਿਆ ਕਿ ਭਰਾਵ ਖੇਤਰ ਵਿੱਚ ਅਗਲੇ ਕਈ ਸਾਲਾਂ ਤੱਕ ਇਮਾਰਤ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਕੀ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਸਾਲਾਂ ਤੱਕ ਉਸਾਰੀ ਨਹੀਂ ਹੋ ਸਕਦੀ ਹਾਂਜੀ ਬੱਚੇ ਭਰਾਵ ਖੇਤਰ ਦੇ ਵਿੱਚ ਕਿੰਨੇ ਸਾਲਾਂ ਤੱਕ ਉਸਾਰੀ ਨਹੀਂ ਹੋ ਸਕਦੀ ਉਹ ਹੈ ਬੱਚੇ ਘੱਟੋ ਘੱਟ 20 ਸਾਲ ਤਾਂ ਸਹੀ ਜਵਾਬ ਹੈ অপਸ਼ਨ ਆੜਾ 20 ਸਾਲਾਂ ਤੱਕ ਉਸਾਰੀ ਉਥੇ ਨਹੀਂ ਹੋ ਸਕਦੀ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਤੁਹਾਡੇ ਸਕੂਲ ਵਿੱਚ ਇਕੋ ਕਲੱਬ ਵਿੱਚ ਵਰਮੀ ਕੰਪੋਸਟ ਨਾਲ ਖਾਦ ਬਣਾਈ ਗਈ ਇਸ ਵਿੱਚ ਕਿਸ ਕਿਸਮ ਦੇ ਗੰਡੋਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਬੱਚੇ ਵਰਮੀ ਕੰਪੋਸਟ ਬਣਾਉਣ ਦੇ ਲਈ ਕਿਸ ਕਿਸਮ ਦੇ ਗੰਡੋਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਬੱਚੇ ਇਹ ਹੁੰਦੇ ਹੈ ਲਾਲ ਗੰਡੋਏ ਤਾਂ ਸਹੀ ਜਵਾਬ ਹੈ ਆਪਸ਼ਨ ਆੜਾ ਲਾਲ ਗੰਡੋਏ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਰਜਾਪ ਨੇ ਸਕੂਲ ਵਿੱਚ ਸਿੱਖਿਆ ਕਿ ਅਸੀਂ ਕੰਪੋਸਟ ਖਾਦ ਲਈ ਰਸੋਈ ਦਾ ਕੂੜਾ ਵਰਤ ਸਕਦੇ ਹਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕੂੜਾ ਕਿਹੜਾ ਹੋ ਸਕਦਾ ਹੈ ਹਾਂਜੀ ਕੰਪੋਸਟ ਖਾਦ ਦੇ ਲਈ ਰਸੋਈ ਦਾ ਕਿਹੜਾ ਕੂੜਾ ਅਸੀਂ ਵਰਤ ਸਕਦੇ ਹਾਂ ਬੱਚੇ ਇਹ ਹੈ ਫਲ ਅਤੇ ਸਬਜ਼ੀਆਂ ਦੇ ਛਿਲਕੇ ਤਰ੍ਹਾਂ ਸਹੀ ਜਵਾਬ ਹੈ অপਸ਼ਨ 우ੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਗੌਰਪ੍ਰੀਤ ਨੇ ਕਿਤਾਬ ਵਿੱਚ ਪੜ੍ਹਿਆ ਕਿ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਪੱਠੀਆਂ ਵਿੱਚ ਕੂੜੇ ਨੂੰ ਸਾੜਿਆ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ਹਾਂਜੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਪੱਟੀਆਂ ਵਿੱਚ ਕੂੜੇ ਨੂੰ ਸਾੜਨ ਦੀ ਕਿਰਿਆ ਨੂੰ ਕੀ ਕਹਿੰਦਾ ਬੱਚੇ ਜਲਾਉਣਾ ਤੇਰਾ ਸਹੀ ਜਵਾਬ ਹੈ ਆਪਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਅਧਿਆਪਕ ਨੇ ਸਕੂਲ ਵਿੱਚ ਦੱਸਿਆ ਕਿ ਪਲਾਸਟਿਕ ਇੱਕ ਜੈਵ ਅਵਿਗਟਨਸ਼ੀਲ ਪਦਾਰਥ ਹੈ ਇਸ ਦਾ ਕੀ ਕਾਰਨ ਹੈ ਹਾਂਜੀ ਪਲਾਸਟਿਕ ਇੱਕ ਜੈਵ ਅਵਿਘਾਟਨਸ਼ੀਲ ਪਦਾਰਥ ਹੈ ਕਿਉਂਕਿ ਪਲਾਸਟਿਕ ਆਸਾਨੀ ਨਾਲ ਖਤਮ ਨਹੀਂ ਹੁੰਦਾ ਸਾੜਨ ਤੇ ਇਹ ਹਾਨੀਕਾਰਕ ਗੈਸਾਂ ਪੈਦਾ ਕਰਦਾ ਹੈ ਇਸ ਨੂੰ ਨਿਗਲ ਜਾਣ ਨਾਲ ਜਾਨਵਰ ਮਰ ਜਾਂਦੇ ਨੇ ਤਾਂ ਬੱਚੇ ਦਾ ਸਹੀ ਜਵਾਬ ਕੀ ਹੋਏਗਾ ਉਪਰੋਕਤ ਸਾਰੇ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਅਸੀਂ ਆਪਣੇ ਸਕੂਲ ਵਿੱਚ ਕੂੜੇ ਦਾ ਸਹੀ ਨਿਪਟਾਰਾ ਕਰਨ ਲਈ ਕੀ ਕਰਾਂਗੇ? ਹਾਂਜੀ ਆਪਣੇ ਸਕੂਲ ਦੇ ਵਿੱਚ ਕੂੜੇ ਦਾ ਸਹੀ ਨਿਪਟਾਰਾ ਕਰ ਲਈ ਸੀ ਕੀ ਕਰਾਂਗੇ? ਅਸੀਂ ਨੀਲੇ ਅਤੇ ਹਰੇ ਰੰਗ ਦੇ ਕੂੜੇਦਾਨ ਦੀ ਵਰਤੋਂ ਕਰਾਂਗੇ। ਚੀਜ਼ਾਂ ਦੀ ਮੁੜ ਵਰਤੋਂ ਕਰਾਂਗੇ। ਕੰਪੋਸਟ ਖਾਦ ਬਣਾਵਾਂਗੇ। ਤਾਂ ਬੱਚੇ ਦਾ ਸਹੀ ਜਵਾਬ ਕੀ ਆ ਜਾਏਗਾ? ਉਪਰੋਕਤ ਸਾਰੇ ਆਪਸ਼ਨ ਸ। ਤਾਂ ਬੱਚੇ ਏ ਸੀ ਆਪਣਾ ਅੱਜ ਪਾਠ ਨੰਬਰ 16 ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰੇ ਦਾ ਪ੍ਰਬੰਧ ਤਾਂ ਬੱਚੇ ਉਮੀਦ ਕਰਦੇ ਆ ਕਿ ਇਸ ਪਾਠ ਦੇ ਜਿਹੜੇ ਮਲਟੀਪਲ ਚੁਆਇਸ ਕੁਐਸਚਨ ਨੇ ਉਹਨਾਂ ਸਾਰਿਆਂ ਦੇ ਸਹੀ ਉੱਤਰ ਤੁਹਾਨੂੰ ਪਤਾ ਲੱਗੇ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ